ਹਾਂ ਜੀ, ਮੇਰੀ ਗੱਲ ਐਡਵੋਕੇਟ ਪਰਮਜੀਤ ਸਿੰਘ ਜੀ ਪਟਿਆਲਾ ਨਾਲ ਹੋ ਰਹੀ ਹੈ? ਹਾਂਜੀ ਹਾਂਜੀ, ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ, ਹਰਪ੍ਰੀਤ ਸਿੰਘ ਮਖੂ ਬੇਨਤੀ ਕਰ ਰਿਹਾ, ਠੀਕ ਹੋ? ਹਾਂਜੀ ਹਾਂਜੀ ਹਾਂਜੀ, ਬਿਲਕੁਲ ਕਿਰਪਾ ਮਹਾਰਾਜ ਦੀ ਜੀ। ਮੈਨੂੰ ਪਤਾ ਲੱਗਾ ਕੱਲ ਦਾ ਤੁਸੀਂ ਕਾਫੀ ਫੋਨ ਕੀਤੇ ਆ, ਮੈਂ ਚੁੱਕ ਨਹੀਂ ਪਾਇਆ ਕਿਉਂ ਕੱਲ ਮੈਨੂੰ ਨਜ਼ਰਬੰਦ ਕੀਤਾ ਸੀ ਪੁਲਿਸ ਵੱਲੋਂ ਅੱਛਾ ਵੀ ਮੈਂ ਅੱਛਾ ਅੰਮ੍ਰਿਤਸਰ ਅੱਛਾ ਪ੍ਰੋਗਰਾਮ ਤੇ ਨਾ ਜਾ ਪਾਵਾਂ। ਅੱਛਾ ਜੀ, ਤੇ ਇਸ ਕਰਕੇ ਕੱਲ ਦੀ ਮਾਫੀ। ਹਾਂਜੀ, ਕੀ ਕਹਿਣਾ ਚਾਹੁੰਦੇ ਹੋ? ਸਰ ਮੈਂ ਬੇਨਤੀ ਇਹ ਕਰ ਰਿਹਾ ਸੀ ਵੀ ਦੇਖੋ, ਜਿਹੜੀ ਸਾਡੀ 84 ਦੇ ਜਿਹੜੇ ਸਾਡੇ ਰੀਸੈਂਟ ਸ਼ਹੀਦ ਨੇ ਸੰਤ ਬਾਬਾ ਜਰਨੈਲ ਸਿੰਘ ਦੇ ਨਾਲ, ਜਨਰਲ ਭਾਈ ਥੋੜਾ ਸਿੰਘ ਦਾ ਨਾਂ ਆਉਂਦਾ, ਜਨਰਲ ਸ਼ਬੇਸ਼ ਸਿੰਘ ਦਾ ਨਾਂ ਆਉਂਦਾ, ਤੇ ਮੇਰੇ ਮਨ 'ਚ ਕਾਫੀ ਬੜੀ ਇੱਛਾ ਸੀ ਮੈਂ ਜਾ ਕੇ ਦੇਖ ਕੇ ਆਵਾਂ ਇਹਨਾਂ ਦਾ ਪਿੰਡ, ਕਿਉਂਕਿ ਇਹ ਪਿੱਛੋਂ ਵੀ ਇਤਿਹਾਸ ਸੁੱਖਾ ਸਿੰਘ ਮਹਿਤਾਬ ਸਿੰਘ ਨਾਲ ਜੁੜਿਆ ਹੋਇਆ ਨਾ ਜੀ। ਜੀ ਸੋ ਇਹ ਤਾਂ ਖਾਨਦਾਨੀ ਬੜਾ ਸਾਡੇ ਵਾਸਤੇ ਤਾਂ ਬੜੀ ਪ੍ਰੇਰਨਾ ਦਾ ਸਰੋਤ ਹੈਗਾ ਸੀਗਾ। ਸੋ ਅਸੀਂ ਮੇਰੇ ਬਾਬੇ ਬਕਾਲਾ, ਮੈਂ ਅਖੰਡ ਪਾਠ ਰਖਾਇਆ ਹੋਇਆ ਸੀਗਾ ਜੀ ਉੱਥੋਂ ਵਿਹਲੇ ਹੋ ਕੇ, ਤਾਂ ਫਿਰ ਮੈਂ ਇਹਨਾਂ ਦੇ ਦਰਬਾਰ ਸਾਹਿਬ ਮੱਥਾ ਟੇਕ ਕੇ ਤਾਂ ਪਿੰਡ ਖਿਆਲੇ ਨੂੰ ਆਪਣੇ ਦਫ਼ਤਰ ਦਾ ਬੰਦਾ ਨਾਲ ਲੈ ਲਿਆ। ਅੱਛਾ, ਤੇ ਉਹ ਅਸੀਂ ਫਿਰ ਉਹਦੇ ਪਿੰਡ ਵੱਲ ਚੱਲ ਪਏ। ਚਗਾਵਾਂ ਤੋਂ ਅੱਗੇ ਜਾ ਕੇ ਪਿੰਡ ਹੈ ਜੀ, ਕੋਈ ਨਿਸ਼ਾਨੀ ਨੀ, ਕੋਈ ਪਿੰਡ ਦਾ ਬੋਰਡ ਨੀ ਲੱਗਿਆ ਹੋਇਆ ਵੀ ਪਿੰਡ ਇਹ ਖਿਆਲਾ ਜਰਨਲ ਸਾਹਿਬ ਦਾ ਪਿੰਡ ਹੈਗਾ, ਕੋਈ ਨੀ। ਅਸੀਂ ਉਹ ਏਡੇ ਬੰਦਾ, ਵੱਡੇ ਨੇ, ਹਾਂਜੀ ਸ਼ਹੀਦ ਅੱਗੇ ਏਡੇ ਜਾ ਵੱਡੇ ਕੇ ਨੇ। ਹਾਂ, ਏਡੇ ਵੱਡੇ ਸ਼ਹੀਦ ਨੇ, ਔਰ ਕੌਮ ਦੀ ਕੀ ਕਹਿੰਦੇ ਹੁੰਦੇ ਆ ਵੀ ਇੰਨੀ ਕੀ ਕਹਿੰਦੇ ਇਹ ਪਰਵਾਹ ਕੀ ਉਹ ਦੇਖ ਲਓ ਜੀ। ਅਸੀਂ ਅੱਗੇ ਲੰਘ ਗਏ, ਅਸੀਂ ਕਹਿੰਦੇ ਖਿਆਲੇ ਜਾਣਾ ਸੀ ਜਰਨੈਲ ਸਾਹਿਬ ਦੇ ਪਿੰਡ, ਕਹਿੰਦਾ ਉਹ ਪਿੱਛੇ ਰਹਿ ਗਿਆ। ਅਸੀਂ ਫਿਰ ਪਿੱਛੇ ਮੁੜੇ, ਫਿਰ ਆ ਕੇ ਪੁੱਛਿਆ ਵੀ ਖਿਆਲੇ ਜਾਣਾ ਸੀ ਜਿੱਥੇ ਜਰਨੈਲ ਸ਼ਬੇਸ਼ ਸਿੰਘ ਦਾ ਪਿੰਡ ਸੀਗਾ। ਉਹ ਕਹਿੰਦੇ ਇੱਕ ਗਲੀ ਪਾ ਕੇ ਫਿਰ ਉਹ ਫਿਰ ਪਿੱਛੇ ਮੁੜੇ, ਕਹਿੰਦੇ ਆਹ ਰਸਤਾ ਗਲਤ ਆ ਗਿਆ ਕਿ ਬੀਬੀਆਂ ਮਿਲਕੀਆਂ, ਕਹਿੰਦੇ ਆਹ ਨਾ ਕਰੋ ਅਗਲੀ ਗਲੀ ਉਧਰ ਉੱਥੇ ਟਿਕਟ ਚੜੋ। ਫਿਰ ਜੀ ਫਿਰ ਵੀ ਕਿਸੇ ਤੋਂ ਪੁੱਛ ਕੇ ਅਸੀਂ ਫਿਰ ਔਖੇ ਸੌਖੇ ਪਿੰਡ ਪਹੁੰਚੇ। ਉੱਥੇ ਜਿਹੜਾ ਮੇਰਾ ਦੋਸਤ ਮੇਰੇ ਨਾਲ ਗਿਆ ਸੀ, ਮੇਰੇ ਡਿਪਾਰਟਮੈਂਟ ਦਾ ਹੀ ਸੀਗਾ, ਤਾਂ ਉਹਨੇ ਫੋਨ ਕੀਤਾ ਕਿਸੇ ਬੰਦੇ ਨੂੰ ਵੀ ਅਸੀਂ ਜਰਨੈਲ ਸਾਹਿਬ ਦੇ ਘਰ ਅਸੀਂ ਦੇਖਣ ਵਾਸਤੇ ਆਉਣਾ, ਤਾਂ ਉਹ ਕਹਿੰਦਾ ਜੀ ਮੈਂ ਤੁਹਾਨੂੰ ਲੈ ਦਾਂਗਾ। ਉਹ ਜਦੋਂ ਪਿੰਡ ਪਾ ਕੇ ਫੋਨ ਕੀਤਾ, ਉਹ ਕਹਿੰਦੀ ਮੈਂ ਤਾਂ ਕਿਸੇ ਮੀਟਿੰਗ 'ਚ ਹੈ। ਫਿਰ ਦੋ ਮੁੰਡੇ ਹੋਰ ਮਿਲ ਗਏ, ਫਿਰ ਉਹਨਾਂ ਘਰ ਜਾ ਕੇ ਉਹਨੇ ਲੱਭਿਆ ਜੀ, ਘਰ ਬੰਦ ਪਿਆ ਸੀਗਾ ਜੀ, ਬੜੀ ਅਫਸੋਸ ਦੀ ਗੱਲ। ਫਿਰ ਕਰ ਕਰਕੇ ਐਫਰਟ, ਕਿਸੇ ਬੰਦਾ ਆਇਆ ਚਾਬੀ ਲੈ ਕੇ ਉਹਨੇ ਖੋਲਿਆ, ਬਟ ਜੋ ਘਰ ਦੇ ਹਾਲਾਤ ਦੇਖੇ ਜੀ ਉਹ ਬਿਲਕੁਲ ਹੀ ਐ ਲੱਗਦਾ ਸੀਗਾ ਵੀ ਪਤਾ ਨੀ ਇੱਥੇ ਕੋਈ ਵਸਿਆ ਹੀ ਨੀ ਹੋਣਾ ਕਦੇ। ਅੱਛਾ, ਇੰਨੇ ਮਾੜੇ ਹਾਲਾਤ ਸੀ? ਮੈਂ ਫੋਟੋਆਂ ਤੁਹਾਨੂੰ ਭੇਜਾਂਗਾ ਜੀ, ਮੈਂ ਖਿੱਚ ਕੇ ਲਿਆਇਆ ਫੋਟੋਆਂ। ਬਹੁਤ ਦੁੱਖ ਹੋਇਆ ਇਸ ਗੱਲ ਦਾ ਵੀ ਐਡਾ ਵੱਡਾ, ਦੇਖੋ ਕੁਰਬਾਨੀਆਂ ਸਭ ਦੀਆਂ ਨੇ, ਚਾਹੇ ਕਿਸੇ ਨੇ ਛੋਟੀ ਕੀਤੀ ਹੈ, ਸਾਰੇ ਜਿਹੜੇ ਸ਼ਹੀਦ ਹੋਏ ਨੇ ਸਾਰੇ ਵੱਡੇ ਨੇ ਇੱਕ, ਪਰ ਇਹ ਬੰਦਿਆਂ ਦਾ ਦੇਖੋ ਇੱਕ ਤਾਂ ਖਾਨਦਾਨ ਬਹੁਤ ਜਿਹੜਾ ਹੈਗਾ ਸੁੱਖਾ ਸਿੰਘ ਮਹਿਤਾਬ ਸਿੰਘ ਵਾਲਾ ਹੈਗਾ, ਇੱਕ ਐਡੇ ਵੱਡੇ ਰੈਂਕ ਨਾਲ, ਇਹ ਇੱਕ ਜਿਹੜੀ ਇੱਕ ਬੰਦੇ ਨਾਲ ਹੁੰਦੀ ਹੈ ਨਾ ਜੀ ਬੇਇਨਸਾਫੀ, ਉਹ ਸਾਰੀ ਕੌਮ ਨਾਲ ਹੀ ਹੋ ਜਾਂਦੀ ਹੈ ਜੀ। ਜਦੋਂ ਕਪੂਰ ਸਿੰਘ ਗੱਲਾਂ ਨੀ ਕੱਢਿਆ ਗਿਆ ਨੌਕਰੀ ਚੋਂ, ਉਹ ਸਾਰੀ ਕੌਮ ਹੀ ਕੱਢੀ ਗਈ ਸੀ। ਜਨਰਲ ਸ਼ਬੇਕ ਸਿੰਘ ਇਕੱਲੇ ਨਾਲ ਨੀ ਹੋਇਆ, ਬਥੇਰੇ ਜਿਹੜਾ ਹਰਬਖਸ਼ ਦਾ ਨਾਂ ਆਉਂਦਾ, ਬੜੇ ਦਾ ਨਾਂ ਆਉਂਦਾ, ਇਹਨਾਂ ਦੇ ਜਿਹਨਾਂ ਨਾਲ ਮਾੜਾ ਹੋਇਆ, ਇਹਨਾਂ ਦਾ ਵੀ ਇਹੀ ਹਾਲ ਸੀਗਾ। ਤੇ ਫਿਰ ਐਡੀ ਵੱਡੀ ਕੁਰਬਾਨੀ ਜੀ, ਉੱਥੇ ਪਿੰਡ ਚ ਇੱਕ ਬਸ ਕੰਧ ਤੇ ਜਿਹੜੀ ਸੀ ਘਰ ਦੇ ਹੈਗਾ ਸੀ, ਉਹ ਬਾਹਰ ਉੱਪਰ ਗੇਟ ਲਿਖਿਆ ਹੋਇਆ ਸੀਗਾ ਵੀ ਸ਼ਹੀਦ ਜਨਰਲ ਸ਼ਬੇਕ ਸਿੰਘ 1984 ਦੇ 6 ਜੂਨ ਲਿਖਿਆ ਹੋਇਆ ਸੀਗਾ ਜੀ। ਤੇ ਅੰਦਰ ਜਾ ਕੇ ਦੇਖਿਆ ਜੀ ਬੁਰਾ ਹਾਲ, ਜਾਲਿਆ ਕਿ ਛੱਤ ਟੁੱਟੀ ਪਈ ਹੋਰ ਹੈ ਜੀ। ਤੇ ਮੈਂ ਜਿਹੜੇ ਬੰਦੇ ਉੱਥੇ ਪਿੰਡ ਦੇ ਸੀਗੇ, ਮੈਂ ਕਿਹਾ ਗੱਲ ਸੁਣੋ ਯਾਰ, ਏਡਾ ਵੱਡਾ ਤੁਹਾਡੇ ਪਿੰਡ ਦਾ ਨਾਂ ਪੈਦਾ ਕੀਤਾ ਇਸ ਬੰਦੇ ਨੇ, ਬਤੌਰ ਜਰਨੈਲ ਵੀ ਕੀਤਾ, ਬਤੌਰ ਸ਼ਹੀਦ ਵੀ ਕੀਤਾ ਤੁਹਾਡੇ ਪਿੰਡ ਦਾ ਨਾਂ, ਪਿੱਛੋਂ ਖਾਨਦਾਨ ਵੀ ਉਹਨਾਂ ਦਾ ਵੱਡੇ ਵੱਡੇ ਸ਼ਹੀਦਾਂ। ਮੈਂ ਚਾਹਾਂਗਾ ਐਡਵੋਕੇਟ ਸਾਹਿਬ, ਤੁਹਾਡੀ ਥੋੜੀ ਜਿਹੀ ਆਵਾਜ਼ ਡਿਸਟਰਬ ਹੋ ਰਹੀ ਹੈ, ਜੇ ਥੋੜਾ ਜਿਹਾ ਰੇਂਜ ਵਿੱਚ ਆ ਜਾਓ, ਕਮਰੇ ਚੋਂ ਮਾੜਾ ਜਿਹਾ ਬਾਹਰ ਨਿਕਲ ਕੇ ਗੱਲ ਕਰ ਲਓ, ਥੋੜਾ ਜਿਹਾ ਮੈਂ ਬਾਹਰ ਲੌਂਜ 'ਚ ਆ ਜਾਂਦਾ ਜੇ ਕਹੋ ਤਾਂ। ਹਾਂਜੀ ਹਾਂਜੀ, ਲੌਂਜ 'ਚ ਆ ਜਾਓ, ਉੱਥੇ ਥੋੜਾ ਜਿਹਾ ਨਾ ਉਹ ਗੱਲ ਜ਼ਿਆਦਾ ਕਲੈਰਿਟੀ ਵਿੱਚ ਹੋ ਜਾਂਦੀ ਹੈ। ਕੋਈ ਨਹੀਂ ਕਰਦਾ। ਤੇ ਫਿਰ ਕੀ ਹੁੰਦਾ, ਪਿੰਡ ਦੇ ਲੋਕਾਂ ਨਾਲ ਤੁਹਾਡੀ ਗੱਲਬਾਤ ਹੋਈ? ਹਾਂਜੀ, ਮੈਂ ਗੱਲਬਾਤ ਕੀਤੀ, ਮੈਂ ਕਿਹਾ ਗੱਲ ਸੁਣੋ, ਇਹ ਤਾਂ ਬਸ ਸਾਰੇ ਵਾਸਤੇ ਆਪਣੇ ਬੜੇ ਮਾਯੂਸੀ ਦੀ ਗੱਲ ਹੈ ਸਾਰਿਆਂ ਵਾਸਤੇ ਬਈ, ਆਪਾਂ ਇਹਨਾਂ ਦਾ ਕੋਈ ਇੱਕ ਤਾਂ ਮੈਂ ਚਾਹੁੰਦਾ ਸੀਗਾ ਵੀ ਇੱਕ ਤਾਂ ਜਿੱਥੇ ਪਿੰਡ ਐਂਟਰ ਹੁੰਦੇ ਉੱਥੇ ਗੇਟ ਬਣੇ,
ਜਿਵੇਂ ਇੱਥੇ ਤਸਵੀਰ ਲੱਗੇ, ਅੱਗੇ ਬੁੱਤ ਲੱਗ ਜੇ, ਤੁਹਾਡਾ ਨਾਲ ਛੋਟਾ ਜਿਹਾ ਰਾਈਟ ਅਪ ਹੋ ਜੇ, ਫਿਰ ਜਿੱਥੇ ਇਹਦਾ ਘਰ ਸੀਗਾ ਉਹ ਚਲੋ ਉੱਥੇ ਉਹਨੇ ਨਹੀਂ ਕੋਈ ਰਹਿੰਦਾ ਤਾਂ ਉੱਥੇ ਜਿਹੜੇ ਕਮਰਿਆਂ ਨੂੰ ਠੀਕ ਕਰਕੇ ਉਹਨੇ ਤਸਵੀਰਾਂ ਲੱਗ ਜਾਣ ਸਾਰੀਆਂ, ਇਹਨਾਂ ਦੇ ਜੋ ਮੈਡਲ ਮਿਲੇ ਆ, ਜੋ ਇਹਨਾਂ ਦੀਆਂ ਪ੍ਰਾਪਤੀਆਂ ਨੇ ਉਹ ਸਾਰੇ, ਤਾਂ ਕਿ ਅਗਲੀ ਪੀੜ੍ਹੀ ਆਪਾਂ ਕੋਈ ਦੇਣਾ ਹੁੰਦਾ ਜੀ, ਕੋਈ ਵਿਰਸਾ ਹੁੰਦਾ ਕੌਮ ਦਾ, ਬਿਲਕੁਲ। ਇਹ ਕੌਮ ਦਾ ਵਿਰਸਾ ਜੇ ਕੌਮ ਨੂੰ ਦਿੰਦੇ ਰਹਾਂਗੇ ਜੀ, ਇਹ ਕੌਮ ਅੱਗੇ ਤੁਰਦੀ ਰਹੇਗੀ। ਤੇ ਇਹ ਉਹ ਫਿਰ ਸਾਰਿਆਂ ਨੇ ਮਹਿਸੂਸ ਕੀਤਾ, ਮੈਂ ਕਿਹਾ ਆਪਾਂ ਦੇਖੋ ਰਲ ਮਿਲ ਕੇ ਆਪਾਂ ਸਾਰੇ ਕੰਮ ਕਰੋ। ਤੇ ਫਿਰ ਮੇਰੇ ਦਿਮਾਗ ਤੁਹਾਡਾ ਆਇਆ, ਮੈਂ ਕਿਹਾ ਵੀ ਆਪਾਂ ਇਹ ਗੱਲ ਨੂੰ ਲੋਕਾਂ ਤੱਕ ਪਹੁੰਚਾਈਏ, ਲੋਕਾਂ ਦੀ ਕਚਹਿਰੀ ਲੈ ਕੇ ਜਾਈਏ ਜੀ। ਨਹੀਂ, ਐਡਵੋਕੇਟ ਸਾਹਿਬ ਦੇਖੋ, ਤੁਸੀਂ ਸਰਦਾਰ ਕਪੂਰ ਸਿੰਘ ਦੀ ਸੰਗਤ ਵੀ ਕੀਤੀ ਹੈ, ਤੇ ਸਰਦਾਰ ਕਪੂਰ ਸਿੰਘ ਬਾਰੇ ਤੁਸੀਂ ਉਹ ਗੱਲਾਂ ਮੈਨੂੰ ਦੱਸੀਆਂ ਜਿਹੜੀਆਂ ਸ਼ਾਇਦ ਮੈਂ ਕਿਸੇ ਕਿਤਾਬਾਂ ਵਿੱਚ ਨਹੀਂ ਸੀ ਪੜ੍ਹੀਆਂ ਤੁਹਾਡੇ ਅੰਦਰ। ਦੇਖੋ ਤੁਸੀਂ ਕਿਸੇ ਵੇਲੇ ਕਮਿਊਨਿਸਟ ਪਾਰਟੀ ਦੇ ਨਾਲ ਵੀ ਰਿਲੇਟਡ ਰਹੇ, ਬਾਅਦ ਵਿੱਚ ਤੁਹਾਨੂੰ ਜੋ ਗੁਰਮਤਿ ਤੋਂ ਤੁਸੀਂ ਨੇੜੇ ਤੋਂ ਸਮਝਿਆ, ਮੈਂ ਕਈ ਵਾਰੀ ਸੋਚਦਾ ਹੁੰਦਾ ਵੀ ਸ਼ਾਇਦ ਉਸ ਨਜ਼ਰੀਏ ਨਾਲ ਸਾਨੂੰ ਵੀ ਵੇਖਣ ਦਾ ਮੌਕਾ ਨਹੀਂ ਮਿਲਿਆ ਜਿਹੜੇ ਨਜ਼ਰੀਏ ਨਾਲ ਤੁਸੀਂ ਵੇਖਿਆ, ਹਨਾ। ਹਾਂਜੀ ਹਾਂਜੀ, ਤੁਸੀਂ ਹੁਣ 84 ਦੀ ਗੱਲ ਕਰਦੇ ਹੋ, ਤੁਹਾਡਾ ਇੱਕ ਅਲੱਗ ਨਜ਼ਰੀਆ ਹੁੰਦਾ ਆ, ਤੁਸੀਂ ਜਨਰਲ ਸ਼ਬੇਕ ਸਿੰਘ ਦੀ ਗੱਲ ਕਰਦੇ ਹੋ, ਤੁਹਾਡਾ ਇੱਕ ਅਲੱਗ ਨਜ਼ਰੀਆ ਹੁੰਦਾ ਆ, ਹਨਾ, ਕਿਉਂਕਿ ਤਜਰਬਿਆਂ ਦੇ ਵਿੱਚੋਂ ਬਹੁਤ ਕੁਝ ਸਿੱਖਿਆ। ਤੁਹਾਡੀ ਗੱਲ ਬਹੁਤ ਮੈਨੂੰ ਆ ਪਿਆਰੀ ਲੱਗੀ ਵੀ ਜਿਹੜਾ ਕਿਸੇ ਰੁਤਬੇ ਦੇ ਉੱਪਰ ਸ਼ਖਸ ਦੇ ਨਾਲ ਧੱਕਾ ਹੁੰਦਾ ਆ ਉਹਦੇ ਨਾਲ ਨਹੀਂ ਹੁੰਦਾ, ਉਹਦੀ ਪੂਰੀ ਕਮਿਊਨਿਟੀ ਦੇ ਨਾਲ ਹੁੰਦਾ ਆ, ਬਿਲਕੁਲ। ਜੇ ਮੰਨ ਲਓ ਕਿਸੇ ਰੁਤਬੇ ਤੇ ਬੈਠੇ ਕਿਸੇ ਦੀ ਪੱਗ ਨੂੰ ਵੇਖ ਕੇ ਕਿਸੇ ਨੂੰ ਖਾਲਿਸਤਾਨੀ ਕਿਹਾ ਗਿਆ ਤੇ ਉਹਨੂੰ ਪਰਸਨਲ ਅਟੈਕ ਨਾ ਸਮਝਿਆ ਜਾਵੇ, ਉਹ ਪੂਰੀ ਕਮਿਊਨਿਟੀ ਦੇ ਉੱਪਰ ਇੱਕ ਅਟੈਕ ਹੋ ਜਾਂਦਾ ਆ, ਬਿਲਕੁਲ ਜੀ। ਹਾਂਜੀ ਹਾਂਜੀ, ਪਰ ਇਹਦੇ ਬਾਰੇ ਹੁਣ ਜਿਹੜੀ ਸਾਡੀਆਂ ਵੱਡੀਆਂ ਸੰਸਥਾਵਾਂ ਹੋ ਗਈਆਂ, SGPC ਹੋ ਗਈ ਜਾਂ ਸਾਡੀਆਂ ਵੱਡੀਆਂ ਸੰਸਥਾਵਾਂ ਦੇ ਵਿੱਚ ਦਮਦਮੀ ਟਕਸਾਲ ਹੋ ਗਈ, ਹੈਨਾ, ਹਾਂਜੀ, ਇਹਨਾਂ ਦਾ ਵੀ ਤੇ ਫਿਰ ਇੱਥੇ ਜ਼ਰੂਰ ਇੱਕ ਫਰਜ਼ ਬਣਦਾ ਸੀ। ਕਿਉਂਕਿ ਦੇਖੋ ਜੇ 84 ਦੀ ਪੂਰੀ ਪਲਾਨਿੰਗ ਜਿਹੜੀ ਹੋਈ ਹੈ ਉਹਦੇ ਵਿੱਚ ਜਿੱਡਾ ਵੱਡਾ ਰੋਲ ਜਨਰਲ ਸ਼ਬੇਕ ਸਿੰਘ ਦਾ ਸੀ, ਕਿਉਂਕਿ ਉਹ ਆਖਰ ਆਈ ਉਸ ਲਾਈਨ ਦੇ ਵਿੱਚੋਂ ਸੀ ਨਾ। ਹਾਂਜੀ ਹਾਂਜੀ, ਬਿਲਕੁਲ ਸਰ। ਇਸ ਕਰਕੇ ਜਿਹੜਾ ਪਲਾਨ ਉਹਨਾਂ ਦਾ ਸੀ ਉਹ ਪਲਾਨ ਸੁਣ ਸੁਣ ਕੇ ਵੀ ਬੜੀ ਅਸੀਂ ਹੈਰਾਨ ਹੁੰਦੇ ਹਾਂ, ਤੇ ਜੋ ਉਹਨਾਂ ਦੇ ਨਾਲ ਸਰਕਾਰ ਨੇ ਕੀਤਾ ਗਿਆ ਉਹ ਵੀ ਆਪਾਂ ਸਾਰਿਆਂ ਨੂੰ ਪਤਾ ਆ। ਤੇ ਤੁਹਾਡਾ ਕੀ ਮੰਨਿਆ ਵੀ ਉੱਥੇ ਇੱਕ ਗੇਟ ਬਣਿਆ ਹੋਵੇ, ਪੁੱਛਣ ਦੀ ਲੋੜ ਨਾ ਪਵੇ, ਇੱਕ ਸਾਈਨ ਬੋਰਡ ਐਸੇ ਬਣੇ ਹੋਣ ਵੀ ਬੰਦਾ ਐਗਜੈਕਟ ਲੋਕੇਸ਼ਨ ਦੇ ਉੱਪਰ ਪਹੁੰਚ ਜਾਵੇ? ਹਾਂਜੀ ਜੀ ਸਰ, ਇਹ ਜਿਹੜੀ ਇਹ ਸੀਗੀ ਨਾ, ਇਹ ਆਪਣੇ ਇਹ ਇੱਕ ਮੈਂ ਕਿਹਾ ਇੱਕ ਇਹਨਾਂ ਦਾ ਕੋਈ ਟੂਰਨਾਮੈਂਟ ਦੇ ਨਾਂ ਤੇ ਕਰੋ ਜਿਹੜਾ ਹਰੇਕ ਸਾਲ ਹੁੰਦਾ ਹੋਵੇ, ਤੇ ਇਹ ਲੋਕਾਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਇੱਥੇ ਇਸ ਪਿੰਡ ਦਾ ਹੈਗੇ ਨੇ ਇਹਦਾ। ਤੁਸੀਂ ਤਾਂ ਜੇ ਆ ਜਿਹੜੇ ਹੁਣ ਰੀਸੈਂਟ ਸਮੇਂ ਚ ਹੋ ਰਹੇ ਨੇ, ਤੁਸੀਂ ਇੰਸਪਾਇਰ ਕਿੱਥੋਂ ਹੋਣਾ ਜੀ, ਫਿਰ ਗਾਹਾਂ ਪ੍ਰੇਰਨਾ ਕਿੱਥੋਂ ਮਿਲਣੀ ਸਾਨੂੰ? ਠੀਕ ਨਹੀਂ ਜੀ, ਆਪਾਂ ਇਹ ਨਹੀਂ ਕਰ ਸਕਦੇ ਫਲਾਣੇ ਘਰ ਚ ਫਲਾਣਾ ਬੰਦਾ ਜੀ ਉਹ ਫਲਾਣੇ ਨਾਲ ਲੱਗਿਆ ਹੋਇਆ ਸੀ, ਐਂ ਹੋ ਗਿਆ ਐਂ ਹੋ ਗਿਆ, ਉਹ ਆਪਾਂ ਇੰਨਾ ਨਹੀਂ ਇਨਡਿਫਰੈਂਟ ਹੋ ਸਕਦੇ। ਇਹੋ ਜਿਹੀਆਂ ਕੌਮਾਂ ਦਾ ਫਿਊਚਰ ਹੁੰਦਾ ਹੀ ਨਹੀਂ, ਜੋ ਕਿਸੇ ਮਰਜ਼ੀ ਪੁੱਛ ਕੇ ਦੇਖ ਲਓ, ਜਿਹੜੇ ਆਪਣੇ ਬੰਦੇ ਨੂੰ ਇਤਿਹਾਸ ਨੂੰ ਭੁੱਲਣਗੇ, ਜਿਹੜੇ ਆਪਣੇ ਸ਼ਹੀਦਾਂ ਨੂੰ ਭੁੱਲਣਗੇ, ਉਹ ਕਦੇ ਨਹੀਂ ਹੋ ਸਕਦੇ। ਆ ਮੇਰੇ ਕੋਲ ਕੱਲ ਕਿਸੇ ਨੇ ਇੱਕ ਲੇਡੀ ਦੀ ਵੀਡੀਓ ਆਟੋ ਆਪ ਭੇਜਿਆ ਵਟਸਐਪ, ਉਹ ਲੇਡੀ ਆਇਰਲੈਂਡ ਦੇ ਸ਼ਹੀਦਾਂ ਦੇ ਜਿੱਥੇ ਉਹਨਾਂ ਦੇ ਕਬਰਿਸਤਾਨ ਉੱਥੇ ਖੜੀ ਹੈ, ਔਰ ਅਮਰੀਕਾ ਦੇ ਰਾਸ਼ਟਰਪਤੀ ਨੂੰ ਕਹਿ ਰਹੀ ਹੈ ਵੀ ਤੂੰ ਵੀ ਆਇਰਲੈਂਡ ਦੀ, ਤੇਰੀ ਤੇਰੀ ਵੀ ਤੂੰ ਬੇਸਿਕਲੀ ਤੂੰ ਆਇਰਿਸ਼ ਹੈਗਾ, ਤੇਰੇ ਵੱਡੇ ਵੀ ਇੱਥੇ ਦਫਨ ਹੋਏ ਹੋਏ ਨੇ, ਤੂੰ ਕਿਵੇਂ ਪਲਸਤੀਨ ਦੇ ਜਿਹੜੇ ਖਿਲਾਫ ਹੋਏ ਨੇ ਕਤਲਾਮ ਹੋਏ ਉਹਨੂੰ ਸਪੋਰਟ ਕਰ ਰਹੇ? ਓ ਤੋ ਇਹ ਹਾਂ, ਇਹ ਜਿਹੜੀ ਇਹੋ ਜਿਹੇ ਬੰਦੇ ਜਾਗਦੇ ਨੇ ਜ਼ਮੀਰ ਵਾਲੇ ਸਰ, ਦੇਖੋ ਬਾਕੀ ਤਾਂ ਉਹ ਅੰਨਿਆਂ ਵਾਂਗੂ ਟੱਕਰਾਂ ਮਾਰਨ ਵਾਲੀ ਗੱਲ ਹੋ ਜਾਂਦੀ ਹੈ ਜੀ। ਆਪਣਾ ਮਨ ਜਾਗਦਾ ਰੱਖੋ, ਆਪਣੇ ਉਹ ਰੱਖੋ, ਤੇ ਇਸ ਤਰ੍ਹਾਂ ਕਰਕੇ ਹੀ ਤੁਸੀਂ ਤਰੱਕੀ ਕਰ ਸਕਦੇ ਹੋ ਜੀ। ਬਿਲਕੁਲ ਜੀ, ਮੈਂ ਤੁਹਾਡੇ ਇਸ ਦਰਦ ਦੀ ਕਦਰ ਕਰਦਾ ਵਾਂ, ਤੇ ਮੈਂ ਚਾਹਾਂਗਾ ਵੀ ਤੁਹਾਡੀ ਜਿਹੜੀ ਇਹ ਆਵਾਜ਼ ਹੈ ਇਹ ਦੁਨੀਆ ਤੱਕ ਜਾਵੇ, ਵੀ ਜੋ ਦਿੱਕਤ ਤੁਹਾਨੂੰ ਆਈ ਹੈ ਕਿਸੇ ਹੋਰ ਨੂੰ ਨਾ ਆਵੇ, ਤੇ ਜਨਰਲ ਸ਼ਬੇਕ ਸਿੰਘ ਜੀ ਦੀ ਜਿਹੜੀ ਬੜੀ ਵੱਡੀ ਇੱਕ ਸ਼ਹਾਦਤ ਹੈ ਉਹਦੇ ਬਾਰੇ ਲੋਕਾਂ ਨੂੰ, ਹੋਰ ਨਵੀਂ ਸਾਡੀ ਪੀੜ੍ਹੀ ਨੂੰ ਜ਼ਰੂਰ ਸਹੀ ਢੰਗ ਦੇ ਵਿੱਚ ਦੱਸਿਆ ਜਾਵੇ। ਸੋ ਦਿਲ ਦੀਆਂ ਗਹਿਰਾਈਆਂ ਤੋਂ ਐਡਵੋਕੇਟ ਸਾਹਿਬ ਤੁਹਾਡਾ ਮੈਂ ਧੰਨਵਾਦੀ ਹਾਂ,
ਤੇ ਤੁਹਾਡੇ ਨਾਲ ਕੁਛ ਵੀਰ ਕਹਿ ਰਹੇ ਸੀ, ਕਹਿੰਦੇ ਵੀ ਸਰਦਾਰ ਕਪੂਰ ਸਿੰਘ ਬਾਰੇ ਵੀ ਜ਼ਰੂਰ ਗੱਲਬਾਤ ਕਰਿਆ ਜੇ, ਤੇ ਜਲਦੀ ਤੁਹਾਡੇ ਨਾਲ ਉਸ ਮੁੱਦੇ ਤੇ ਵੀ ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ, ਮਿਹਰਬਾਨੀ ਮਖੂ ਸਾਹਿਬ।